ਖਨੌਰੀ ਬਾਰਡਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਇੱਕ ਹੋਰ ਕਿਸਾਨ ਦੀ ਧਰਨੇ ਦੌਰਾਨ ਮੌਤ ਹੋ ਗਈ ਹੈ। ਜੀ ਹਾਂ, 12 ਫਰਵਰੀ ਤੋਂ ਕਿਸਾਨੀ ਧਰਨੇ ਦੇ ਵਿੱਚ ਡਟਿਆ ਹੋਇਆ ਸੀ ਇਹ ਕਿਸਾਨ, ਜਿਸ ਦੀ ਮੌਤ ਹੋ ਗਈ ਹੈ। ਮਨਜੀਤ ਸਿੰਘ ਇਸਦਾ ਨਾਮ ਦੱਸਿਆ ਜਾ ਰਿਹਾ ਹੈ। ਪਟਿਆਲਾ ਦੇ ਪਿੰਡ ਕੰਗ ਥੱਲਾ ਦਾ ਰਹਿਣ ਵਾਲਾ ਸੀ ਕਿਸਾਨ ਮਨਜੀਤ ਸਿੰਘ, ਜੋ ਕਿ 12 ਫਰਵਰੀ ਤੋਂ ਲਗਾਤਾਰ ਕਿਸਾਨਾਂ ਦੇ ਨਾਲ ਤੁਰ ਰਿਹਾ ਹੈ, ਮੋਢੇ ਦੇ ਨਾਲ ਮੋਢਾ ਲਾ ਕੇ ਕਿਸਾਨ ਆਗੂਆਂ ਦੀ ਗੱਲ ਮੰਨ ਕੇ ਧਰਨੇ ਤੇ ਬੈਠਾ ਹੈ। ਤਾਂ ਬੀਤੀ ਰਾਤ ਅੰਦੋਲਨ ਦੇ ਵਿੱਚ ਸੁੱਤਾ ਪਿਆ ਸੀ, ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਕਿਸਾਨੀ ਅੰਦੋਲਨ 2.0 ਦੀ ਇਹ ਤੀਜੀ ਮੌਤ ਹੈ। ਪਹਿਲਾਂ ਵੀ ਇੱਕ ਕਿਸਾਨ ਤੇ ਇੱਕ ਪੁਲਿਸ ਕਰਮੀ ਦੀ ਜਾਨ ਜਾ ਚੁੱਕੀ ਹੈ ਤੇ ਹੁਣ ਇਹ ਤੀਸਰੀ ਮੌਤ ਹੈ ਮਨਜੀਤ ਸਿੰਘ, ਜਿਸ ਦੀ ਕਿ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ। ਖਨੌਰੀ ਬਾਰਡਰ ਤੇ ਤੈਨਾਤ ਸੀ ਇਹ ਕਿਸਾਨ ਮਨਜੀਤ ਸਿੰਘ, ਖਨੌਰੀ ਬਾਰਡਰ ਤੇ ਆਪਣੀ ਟਰਾਲੀ ਦੇ ਅੰਦਰ, ਟਰੈਕਟਰ ਟਰਾਲੀ ਅੰਦਰ ਸੁੱਤਾ ਪਿਆ ਸੀ। ਤਾਂ ਬੀਤੀ ਰਾਤ ਦਿਲ ਦਾ ਦੌਰਾ ਪੈਂਦਾ ਹੈ ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਦੱਸ ਦਈਏ ਕਿ ਮਨਜੀਤ ਸਿੰਘ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ, ਜੋ ਕਿ ਪਹਿਲੇ ਧਰਨੇ ਦੇ ਵਿੱਚ ਵੀ, ਜਿਹੜਾ ਕਿ ਕਿਸਾਨੀ ਅੰਦੋਲਨ ਦਾ ਪਹਿਲਾ ਧਰਨਾ ਲੱਗਿਆ ਸੀ, ਉਸ ਵੇਲੇ ਵੀ ਸਿੰਘੂ ਬਾਰਡਰ ਤੇ ਤੈਨਾਤ ਸੀ ਤੇ ਹੁਣ ਉਹ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਸਾਥ ਦੇ ਰਿਹਾ ਸੀ। 70 ਸਾਲਾਂ ਦਾ ਇਹ ਬਜ਼ੁਰਗ ਕਿਸਾਨ, ਜਿਸ ਦੀ ਕਿ ਹੁਣ ਮੌਤ ਹੋ ਗਈ ਹੈ। ਤਾਂ 13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼ੰਭੂ ਬਾਰਡਰ, ਖਨੌਰੀ ਬਾਰਡਰ ਤੇ ਵੱਖ ਵੱਖ ਬਾਰਡਰਾਂ ਉੱਤੇ ਕਿਸਾਨ ਡਟੇ ਹੋਏ ਨੇ ਤੇ ਹੁਣ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 12 ਫਰਵਰੀ ਤੋਂ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਕਰ ਰਿਹਾ ਕਿਸਾਨ ਮਨਜੀਤ ਸਿੰਘ, ਜਿਸ ਦਾ ਕਿ ਦੇਹਾਂਤ ਹੋ ਗਿਆ ਹੈ। ਕਿਸਾਨ ਦੀ ਪਹਿਚਾਣ ਮਨਜੀਤ ਸਿੰਘ ਦੱਸੀ ਜਾ ਰਹੀ ਹੈ, ਜੋ ਕਿ ਪਟਿਆਲਾ ਦੇ ਜ਼ਿਲ੍ਹਾ ਪਿੰਡ ਕੰਗ ਥੱਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਤਾਂ ਮੰਦਭਾਗੀ ਖਬਰ ਹੈ, ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮੌਤ ਹੋ ਗਈ ਹੈ। ਪੂਰੇ ਕਿਸਾਨ ਧਰਨਾ, ਜੋ ਕਿ ਕਿਸਾਨ 2.0 ਧਰਨੇ ਦੀ ਇਹ ਤੀਜੀ ਮੌਤ ਹੈ। ਪਹਿਲਾਂ ਵੀ ਇੱਕ ਬਜ਼ੁਰਗ ਕਿਸਾਨ ਅਤੇ ਇੱਕ ਪੁਲਿਸ ਕਰਮੀ ਦੀ ਇਸ ਧਰਨੇ ਦੌਰਾਨ ਜਾਨ ਜਾ ਚੁੱਕੀ ਹੈ ਤੇ ਹੁਣ ਇਹ ਤੀਸਰੀ ਮੌਤ ਹੋ ਗਈ ਹੈ। ਪਟਿਆਲੇ ਦੇ ਪਿੰਡ ਕੰਗ ਥੱਲਾ ਦਾ ਰਹਿਣ ਵਾਲਾ ਮਨਜੀਤ ਸਿੰਘ, ਜਿਸ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਕਿਸਾਨੀ ਅੰਦੋਲਨ 'ਚ ਮੌਤ ਹੋ ਗਈ। ਖਨੌਰੀ ਬਾਰਡਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਇੱਕ ਹੋਰ ਕਿਸਾਨ ਦੀ ਧਰਨੇ ਦੌਰਾਨ ਮੌਤ ਹੋ ਗਈ ਹੈ। ਜੀ ਹਾਂ, 12 ਫਰਵਰੀ ਤੋਂ ਕਿਸਾਨੀ ਧਰਨੇ ਦੇ ਵਿੱਚ ਡਟਿਆ ਹੋਇਆ ਸੀ ਇਹ ਕਿਸਾਨ, ਜਿਸ ਦੀ ਮੌਤ ਹੋ ਗਈ ਹੈ। ਮਨਜੀਤ ਸਿੰਘ ਇਸਦਾ ਨਾਮ ਦੱਸਿਆ ਜਾ ਰਿਹਾ ਹੈ। ਪਟਿਆਲਾ ਦੇ ਪਿੰਡ ਕੰਗ ਥੱਲਾ ਦਾ ਰਹਿਣ ਵਾਲਾ ਸੀ ਕਿਸਾਨ ਮਨਜੀਤ ਸਿੰਘ, ਜੋ ਕਿ 12 ਫਰਵਰੀ ਤੋਂ ਲਗਾਤਾਰ ਕਿਸਾਨਾਂ ਦੇ ਨਾਲ ਤੁਰ ਰਿਹਾ ਹੈ, ਮੋਢੇ ਦੇ ਨਾਲ ਮੋਢਾ ਲਾ ਕੇ ਕਿਸਾਨ ਆਗੂਆਂ ਦੀ ਗੱਲ ਮੰਨ ਕੇ ਧਰਨੇ ਤੇ ਬੈਠਾ ਹੈ। ਤਾਂ ਬੀਤੀ ਰਾਤ ਅੰਦੋਲਨ ਦੇ ਵਿੱਚ ਸੁੱਤਾ ਪਿਆ ਸੀ, ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਕਿਸਾਨੀ ਅੰਦੋਲਨ 2.0 ਦੀ ਇਹ ਤੀਜੀ ਮੌਤ ਹੈ। ਪਹਿਲਾਂ ਵੀ ਇੱਕ ਕਿਸਾਨ ਤੇ ਇੱਕ ਪੁਲਿਸ ਕਰਮੀ ਦੀ ਜਾਨ ਜਾ ਚੁੱਕੀ ਹੈ ਤੇ ਹੁਣ ਇਹ ਤੀਸਰੀ ਮੌਤ ਹੈ ਮਨਜੀਤ ਸਿੰਘ, ਜਿਸ ਦੀ ਕਿ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ। ਖਨੌਰੀ ਬਾਰਡਰ ਤੇ ਤੈਨਾਤ ਸੀ ਇਹ ਕਿਸਾਨ ਮਨਜੀਤ ਸਿੰਘ, ਖਨੌਰੀ ਬਾਰਡਰ ਤੇ ਆਪਣੀ ਟਰਾਲੀ ਦੇ ਅੰਦਰ, ਟਰੈਕਟਰ ਟਰਾਲੀ ਅੰਦਰ ਸੁੱਤਾ ਪਿਆ ਸੀ। ਤਾਂ ਬੀਤੀ ਰਾਤ ਦਿਲ ਦਾ ਦੌਰਾ ਪੈਂਦਾ ਹੈ ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਦੱਸ ਦਈਏ ਕਿ ਮਨਜੀਤ ਸਿੰਘ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ, ਜੋ ਕਿ ਪਹਿਲੇ ਧਰਨੇ ਦੇ ਵਿੱਚ ਵੀ, ਜਿਹੜਾ ਕਿ ਕਿਸਾਨੀ ਅੰਦੋਲਨ ਦਾ ਪਹਿਲਾ ਧਰਨਾ ਲੱਗਿਆ ਸੀ, ਉਸ ਵੇਲੇ ਵੀ ਕਿਸਾਨਾਂ
ਉਸ ਵੇਲੇ ਵੀ ਸਿੰਘੂ ਬਾਰਡਰ ਤੇ ਤਨਾਤ ਸੀ ਤੇ ਹੁਣ ਉਹ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਸਾਥ ਦੇ ਰਿਹਾ ਸੀ। 70 ਸਾਲਾਂ ਦਾ ਇਹ ਬਜ਼ੁਰਗ ਕਿਸਾਨ ਜਿਸ ਦੀ ਕੀ ਹੁਣ ਮੌਤ ਹੋ ਗਈ ਹੈ। ਤਾਂ 13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼ੰਭੂ ਬਾਰਡਰ, ਖਨੌਰੀ ਬਾਰਡਰ ਤੇ ਵੱਖ-ਵੱਖ ਬਾਰਡਰਾਂ ਉੱਤੇ ਕਿਸਾਨ ਡਟੇ ਹੋਏ ਨੇ। ਤੇ ਹੁਣ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 12 ਫਰਵਰੀ ਤੋਂ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਕਰ ਰਿਹਾ ਕਿਸਾਨ ਮਨਜੀਤ ਸਿੰਘ, ਜਿਸ ਦਾ ਕੀ ਦੇਹਾਂਤ ਹੋ ਗਿਆ ਹੈ। ਕਿਸਾਨ ਦੀ ਪਹਿਚਾਣ ਮਨਜੀਤ ਸਿੰਘ ਦੱਸੀ ਜਾ ਰਹੀ ਹੈ, ਜੋ ਕਿ ਪਟਿਆਲਾ ਦੇ ਜ਼ਿਲ੍ਹਾ ਪਿੰਡ ਕੰਗ ਥਲਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਤਾਂ ਮੰਦਭਾਗੀ ਖਬਰ ਹੈ, ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮੌਤ ਹੋ ਗਈ ਹੈ। ਪੂਰੇ ਕਿਸਾਨ ਧਰਨਾ, ਜੋ ਕਿ ਕਿਸਾਨ 2.0 ਧਰਨੇ ਦੀ ਇਹ ਤੀਜੀ ਮੌਤ ਹੈ। ਪਹਿਲਾਂ ਵੀ ਇੱਕ ਬਜ਼ੁਰਗ ਕਿਸਾਨ ਅਤੇ ਇੱਕ ਪੁਲਿਸ ਕਰਮੀ ਦੀ ਇਸ ਧਰਨੇ ਦੌਰਾਨ ਜਾਨ ਜਾ ਚੁੱਕੀ ਹੈ ਅਤੇ ਹੁਣ ਇਹ ਤੀਸਰੀ ਮੌਤ ਹੋ ਗਈ ਹੈ। ਪਟਿਆਲੇ ਦੇ ਪਿੰਡ ਕੰਗ ਥਲਾਂ ਦਾ ਰਹਿਣ ਵਾਲਾ ਮਨਜੀਤ ਸਿੰਘ, ਜਿਸ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਕਿਸਾਨੀ ਅੰਦੋਲਨ 'ਚ ਮੌਤ ਹੋ ਗਈ।